ਨਿੰਨੀ ਕਹਿੰਦੀ ਕਹਿੰਦੀ ਬੱਤਕਾਂ ਦੀਆਂ ਤੀਆਂ ਲੱਗੇ ਹੋਈਆਂ ਨੇ ਇਹਦੀ ਗਰਦਨ ਦੇਖਿਆ ਵੀਰੇ ਮੇਰਾ ਉਹ ਵਾਲਾ ਕੈਮਰਾ ਨਾ ਖਰਾਬ ਹੋਇਆ ਹੋਇਆ ਕਿਹੜਾ ਕਹਿੰਦੇ ਹੁੰਦੇ ਉਹਨੂੰ ਪਤਾ ਨਹੀਂ ਜਿਹੜੇ ਚ ਜ਼ਿਆਦਾ ਵਾਈਡ ਐਂਗਲ ਹਨਾ ਉਹ ਖਰਾਬ ਆ ਗੋਲ ਗੱਪੇ ਲੱਗੇ ਅਸੀਂ ਖਾਣ ਗੋਲ ਗੱਪੇ ਖਿਲਾ ਦੋ ਪਤਾ ਕਿੰਨੇ ਸਾਲ ਹੋ ਗਏ ਘੱਟੋ ਘੱਟ ਨਹੀਂ ਤਾਂ 5 ਸਾਲ ਚਲੋ ਬਈ ਚੱਲੀਏ ਬਾਹਰ ਨੂੰ ਦੇ ਦੇਣ ਬੱਤਕਾਂ ਦੀਆਂ ਤੀਆਂ ਜਾ ਕੇ ਰੱਕਰੀਆਂ ਨਹੀਂ ਹੈਗੀਆਂ ਆਪਾਂ ਚੱਲੇ ਆ ਹੁਣ ਸ਼ੂਟ ਤੇ ਸ਼ੂਟ ਤੇ ਆਪਾਂ ਜਾਣਾ ਆ ਤੇ ਲੋਕੇਸ਼ਨ ਹੈਗੀ ਆ ਆਊਟਡੋਰ ਦੀ ਤੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਮੈਂ ਘਰੇ ਵਾਪਸ ਆ ਕੇ ਜਾਣਾ ਸੈਲੂਨ ਤੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਕਿੱਥੇ ਜਾਣਾ ਆ ਸੋ ਸਟੇ ਟਿਊਨਡ ਵਲੌਗ ਨੂੰ ਸਕਿੱਪ ਨਾ ਕਰਿਓ ਸਾਰਾ ਵਲੌਗ ਜ਼ਰੂਰ ਇੰਜੋਏ ਕਰਿਓ ਥੈਂਕ ਯੂ ਜੀ ਆ ਜਾਓ ਅੱਗੇ ਮਿਲਦੇ ਹਾਂ ਆਪਾਂ ਆ ਗਏ ਹਾਂ ਸ਼ੂਟ ਤੇ ਚੇਂਜ ਵਗੈਰਾ ਕਰਕੇ ਸੂਟ ਆਪਾਂ ਨਾਲ ਚੱਕ ਲਏ ਆਪ ਇਹ ਮੇਰੇ ਸੂਟ ਜਿਹੜਾ ਵੀ ਪਾਉਣਾ ਹੋਊਗਾ ਅਤੇ ਮੈਨੂੰ ਵੀਰਾ ਦੱਸ ਦਿਉ ਓ ਮਾਈ ਗੋਡ ਮੇਰਾ ਉਹ ਵਾਲਾ ਕੈਮਰਾ ਨਾ ਖਰਾਬ ਹੋਇਆ ਹੋਇਆ ਕਿਹੜਾ ਕਹਿੰਦੇ ਹੁੰਦੇ ਉਹਨੂੰ ਪਤਾ ਨਹੀਂ ਜਿਹੜੇ 'ਚ ਜ਼ਿਆਦਾ ਵਾਈਡ ਐਂਗਲ ਹੈ ਨਾ ਉਹ ਖਰਾਬ ਆ ਅਤੇ ਬਸ ਮੇਕਅਪ ਦਾ ਸਮਾਨ ਵੀ ਮੈਂ ਨਾਲ ਹੀ ਚੱਕ ਲਈ ਬਸ ਥੋੜ੍ਹਾ ਜਿਹਾ ਮੈਂ ਕਰ ਰਹੀ ਹਾਂ ਦੇਖਦੇ ਹਾਂ ਕੀ ਸੀ ਨਾ ਵੀਰਾ ਆ ਜਾਵੇ ਗੋਲ ਗੱਪੇ ਲੱਗੇ ਅਸੀਂ ਖਾਣ ਹੋ ਰਿਹਾ ਭਾਈ ਕਿਆ ਹਾਲ ਹੈ ਅੰਕਲ ਗੋਲ ਗੱਪੇ ਖਿਲਾ ਦੋ ਅੰਕਲ ਦੇ ਗੋਲ ਗੱਪੇ ਖਾਂਦੇ ਹਨ ਮੈਨੂੰ ਪਤਾ ਕਿੰਨੇ ਸਾਲ ਹੋ ਗਏ ਪਤਾ ਕਿੰਨੇ ਸਾਲ ਹੋ ਗਏ ਘੱਟੋ ਘੱਟ ਨਹੀਂ ਤਾਂ 5 ਸਾਲ ਹੁਣ ਆਪਾਂ ਖਾਂਦੇ ਹਾਂ ਰੁਕ ਜੀ ਫਿਰ ਗੋਲ ਗੱਪੇ ਲੱਗੇ ਅਸੀਂ ਖਾਣ ਹੋ ਰਿਹਾ ਭਾਈ ਕਿਆ ਹਾਲ ਹੈ ਅੰਕਲ ਗੋਲ ਗੱਪੇ ਖਿਲਾ ਦੋ ਅੰਕਲ ਦੇ ਗੋਲ ਗੱਪੇ ਖਾਂਦੇ ਹਨ ਮੈਨੂੰ ਪਤਾ ਕਿੰਨੇ ਸਾਲ ਹੋ ਗਏ ਪਤਾ ਕਿੰਨੇ ਸਾਲ ਹੋ ਗਏ ਘੱਟੋ ਘੱਟ ਨਹੀਂ ਤਾਂ 5 ਸਾਲ ਹੁਣ ਆਪਾਂ ਖਾਂਦੇ ਹਾਂ ਰੁਕ ਜੀ ਫਿਰ ਕੀ ਕਰਨਾ ਵੀਰੇ ਇਹਨੇ ਉਰੋ ਚਲੇ ਹੀ ਜਾਣਾ ਕਿ ਨਹੀਂ ਜਾ ਤਾਂ ਰਹੀ ਆ ਮੰਡੀਰ ਜੀ ਇੱਕ ਪਾਸੇ ਨੂੰ ਆ ਦੇਖੀ ਕਿ ਨਿੰਨੀ ਕਹਿੰਦੀ ਕਹਿੰਦੀ ਬੱਤਕਾਂ ਦੀਆਂ ਤੀਆਂ ਲੱਗੇ ਹੋਈਆਂ ਨੇ ਆਹ ਇਹਦੀ ਗਰਦਨ ਦੇਖਿਆ ਵੀਰੇ ਆਹ ਲਈ ਜਿਹੜੀ ਜਾਂਦੀ ਹੈ ਇਕੱਲੀ ਹੋਈ ਮੋਰੇ ਕਹਿੰਦੀ ਇੱਥੇ ਇਹਨਾਂ ਦੀਆਂ ਤੀਆਂ ਲੱਗੀਆਂ ਹੋਈਆਂ ਨੇ ਨਿੰਨੀ ਮੈਂ ਬਹੁਤ ਵਧੀਆ ਗੱਲ ਕੱਢ ਕੇ ਲਿਆਂਦੀ ਆ ਤੂੰ ਤੇ ਮੇਰੇ ਨਾਲ ਨਹੀਂ ਨਹੀਂ ਇੱਥੋਂ ਜਾਂਦੀਆਂ ਪੱਕੀਆਂ ਖੜੀਆਂ ਨੇ ਉਹਦੇ ਕੋਲ ਬਹੁਤ ਟਿਕਟ ਹੁੰਦੀਆਂ ਬਾਈ ਇਹਨਾਂ ਦਾ ਹਲੇ ਇੱਕ ਹਿੱਸਾ ਤਾਂ ਨਹਾਉਣ ਗਿਆ ਹੋਇਆ ਅੰਦਰ ਪਿੰਡਾਂ ਸੁਕਾਉਂਦੀਆਂ ਨੇ ਬਾਈ ਉਹ ਤਾਂ ਚਲੋ ਬਈ ਚੱਲੀਏ ਬਾਹਰ ਨੂੰ ਦੇ ਦੇਣ ਬੱਤਕਾਂ ਦੀਆਂ ਤੀਆਂ ਜਾ ਕੇ
ਚੱਲ 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 ਚਲੋ ਆ ਫੜ ਲਾ ਚੁੱਪ ਕਰ ਜੋ ਜਿਹਦੇ ਛਾਲ ਮਾਰਨ ਲੱਗੇ ਨੇ ਉਹਦੇ ਆ ਕੇ ਉਰੋਂ ਆ ਕੇ ਸੋ ਸ਼ੂਟ ਤੋਂ ਫ੍ਰੀ ਹੋ ਕੇ ਆਪਾਂ ਆ ਗਏ ਹਾਂ ਸਲੋਨ ਅਤੇ ਮੈਂ ਕਰਾਉਣਾ ਹੀ ਸੀਗੀ ਪੈਡੀਕਿਓਰ ਮੈਨੀਕਿਓਰ ਅਤੇ ਆ ਦੀਦੀ ਨੇ ਕੀਤਾ ਆ ਥੈਂਕ ਯੂ ਸੋ ਮੱਚ ਅਤੇ ਇਹਨਾਂ ਨੇ ਨਵਾਂ ਨਵਾਂ ਸਲੋਨ ਓਪਨ ਕੀਤਾ ਆ ਸੰਦੀਪ ਮੇਕਓਵਰਸ ਦੇ ਨਾਮ 'ਤੇ ਅਤੇ ਸਰਵਿਸ ਮੈਨੂੰ ਪਰਸਨਲੀ ਵਧੀਆ ਲੱਗੀ ਇਹਨਾਂ ਦੀ ਅਤੇ ਅੱਗੇ ਵੀ ਆਪਾਂ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰਾਂਗੇ ਅਤੇ ਤੁਸੀਂ ਵੀ ਸਾਰੇ ਜਿਹੜੇ ਜਿਹੜੇ ਵੀ ਨੀਅਰ ਬਾਏ ਹੋ ਜਨਤਾ ਨਗਰ ਦੇ ਇੱਥੇ ਵਿਜ਼ਿਟ ਕਰ ਸਕਦੇ ਹੋ ਸੋ ਜਲਦੀ ਮੈਂ ਵੀ ਦੁਬਾਰਾ ਇਹਨਾਂ ਕੋਲ ਆਊਂਗੀ ਅਤੇ ਤੁਹਾਨੂੰ ਮੇਰਾ ਨੇਚਰ ਕਿੱਦਾਂ ਲੱਗਿਆ ਦੀ ਐਕਚੁਲੀ ਇਹ ਮੇਰੀ ਸੀਰੀਜ਼ ਦੇਖਦੇ ਨੇ ਸੱਕੀਆਂ ਭੈਣਾਂ ਬਾਬਲ ਦਾ ਵਿਹੜਾ ਉਹ ਵਾਲੀਆਂ ਸਾਰੀਆਂ ਦੇਖੀਆਂ ਇਹਨਾਂ ਨੇ ਸੋ ਥੈਂਕ ਯੂ ਸੋ ਮੱਚ ਅਤੇ ਜ਼ਰੂਰ ਇਹਨਾਂ ਕੋਲ ਵਿਜ਼ਿਟ ਕਰਿਓ ਇਹਨਾਂ ਨੇ ਨਵਾਂ ਨਵਾਂ ਸਲੋਨ ਓਪਨ ਕੀਤਾ ਆ ਹਲੇ ਆ ਗਿਆ ਮਹੀਨਾ ਵੀ ਨਹੀਂ ਹੋਇਆ ਨਾ ਹਲੇ ਹੋਣਾ ਆ ਮਹੀਨਾ ਅਤੇ ਜ਼ਰੂਰ ਸਾਰੇ ਵਿਜ਼ਿਟ ਕਰਿਓ ਮੈਨੂੰ ਵਧੀਆ ਲੱਗੀ ਸਰਵਿਸ ਬਾਕੀ ਆਪਾਂ ਘਰ ਜਾ ਕੇ ਫ੍ਰੀ ਹੋ ਕੇ ਮਿਲਦੇ ਹਾਂ ਪ੍ਰੋਸੈਸ ਚੱਲਦਾ ਪਿਆ ਥੈਂਕ ਯੂ ਹਾਂਜੀ ਡਿਨਰ ਟਾਈਮ ਹੋ ਗਿਆ ਸਟਾਰਟ ਅਤੇ ਆਪਾਂ ਖਾ ਰਹੇ ਹਾਂ ਪਰੌਂਠੇ ਦਹੀਂ ਨਾਲ ਇਹ ਚੂਰੀ ਕਿਉਂਕਿ ਸਾਡਾ ਵਰਤ ਸੀਗਾ ਇਸ ਮੈਡਮ ਦਾ ਅਤੇ ਸਾਡਾ ਦੋਨਾਂ ਦਾ ਵਰਤ ਸੀਗਾ ਹਨੇਰਾ ਹਨੇਰਾ ਆ ਰਿਹਾ ਵੀਡੀਓ 'ਚ ਅਤੇ ਹਾਂ ਬ੍ਰਾਈਟਨੈਸ ਘੱਟ ਆ ਅਤੇ ਆਪਾਂ ਖਾਵਾਂਗੇ ਹੁਣ ਚੂਰੀ ਅਤੇ ਪਰੌਂਠੇ ਤਾਂ ਆਪਾਂ ਖਾਈ ਰਹੇ ਹਾਂ ਇਹਨੇ ਖਾਣਾ ਚੀਨੀ ਪਾ ਕੇ ਦਹੀਂ ਮੰਮੀ ਇੱਧਰੋਂ ਲੈ ਕੇ ਆ ਰਹੇ ਆ ਚੀਨੀ ਪਾ ਕੇ ਦਹੀਂ ਉੱਧਰੋਂ ਲਾਈਟ ਆ ਗਈ ਓ ਮਾਈ ਗੋਡ ਉਹਨਾਂ ਦੀ ਬ੍ਰਾਈਟਨੈਸ ਖੁੱਲ ਗਿਆ ਕੀ ਚੱਕਰ ਪੈ ਗਿਆ ਐਡੀ ਤੁਸੀਂ ਖੱਟਾ ਨਹੀਂ ਖਾਂਦੇ ਦਹੀਂ ਤਾਜ਼ੇ ਤਾਜ਼ੇ ਸਿੰਮੇ ਬਾਹਰ ਕਰਾ ਕੇ ਗਈ ਆ ਤੇ ਖਾਈ ਪਿੱਛੋਂ ਹਲੇ ਵਾਸ਼ ਹੋਣਾ ਫਿਰ ਪਤਾ ਲੱਗੂ ਅਸਲ 'ਚ ਤਾਂ ਅਸੀਂ ਖਾ ਲਈ ਆਪਣੀ ਰੋਟੀ ਹੁਣ ਥੋੜ੍ਹੀ ਜਿਹੀ ਰੁੱਕ ਕੇ ਮਿਲਦੇ ਹਾਂ ਸਵੇਰੇ ਖਾਧੇ ਆਪਾਂ ਛੋਲੇ ਭਟੂਰੇ ਹੁਣ ਆਪਾਂ ਖਾਣੇ ਰਾਤ ਨੂੰ ਖਾਣ ਲੱਗਿਆ ਚੂਰੀ ਨਹੀਂ ਅੱਜ ਨਹੀਂ ਛੋਲੇ ਭਟੂਰੇ ਕੱਲ੍ਹ ਖਾਧੇ ਸੀ ਆਪਾਂ ਇੱਦਾਂ ਬਣਾ ਰਹੇ ਹਾਂ ਕੰਟੀਨਿਊ ਕਰ ਰਹੇ ਹਾਂ ਦੋ ਦਿਨਾਂ ਦੇ ਚਲੋ ਇੱਧਰ ਮੰਮੀ ਖਾ ਰਹੇ ਨੇ ਮੁੰਦੀ ਦੀ ਸਬਜ਼ੀ ਨਵੀਂ ਜੀ ਆਈਟਮ ਆ ਮੈਂ ਕੱਲ੍ਹ ਨੂੰ ਖਾਊਂਗੀ ਸਵੇਰ ਨੂੰ ਕਿੱਦਾਂ ਦੀ ਲੱਗੂਗੀ ਓਕੇ ਮੰਮਾ ਤੈਨੂੰ ਤਾਂ ਵੈਸੇ ਹੀ ਪਤਾ ਹੋਣਾ ਸਬਜ਼ੀ ਨੂੰ ਮੈਂ ਤਾਂ ਬਣਾਉਂਦੀ ਹੁੰਦੀ ਫਿਰ ਤਾਂ ਚੱਲ ਚੀ 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 ਚਲੋ ਓਕੇ ਬਾਏ ਲਓ ਵੀ ਆਪਾਂ ਲੱਗੇ ਹਾਂ ਹੁਣ ਸੌਣ ਦਿਨ ਹੋ ਗਿਆ ਖਤਮ ਉਹਦੇ ਪਿੱਛੇ ਜਦ ਸੈੱਟ ਨਹੀਂ ਹੋਣ ਲੱਗੂ ਤੇ ਚੂਰੀ ਖਾ ਲਈ ਆਪਾਂ ਮਜ਼ਾ ਆ ਗਿਆ ਖਾ ਕੇ ਮੂੰਹ ਤਾਂ ਦਾਣੇ ਨੇ ਪਤਾ ਨਹੀਂ ਕਾਹਤੋਂ ਹੋਈ ਜਾਂਦੇ
ਮੈਂ ਤੁਸੀਂ ਕਿੱਦਣ ਚੱਲੇ? ਓਕੇ ਫਾਈਨ, ਸਾਡਾ ਹਾਲ ਦੇ ਲਓ ਟੈਚੀਆਂ ਦਾ, ਕਿੰਨਾ ਹਾਲ ਬੇਹਾਲ ਕੀਤਾ। ਆਇਆ ਮੈਨੂੰ ਇੱਕ ਨਵਾਂ ਪਾਰਸਲ, ਇਹ 'ਚ ਮੈਨੂੰ ਸੀਰਮ ਆਇਆ ਵਾ, ਮੈਂ ਤੁਹਾਨੂੰ ਬਾਅਦ 'ਚ ਦਿਖਾਊਂਗੀ, ਅਤੇ ਇੱਕ ਪਾਰਸਲ ਮੈਨੂੰ ਹੋਰ ਆਇਆ ਵਾ, ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਊਂਗੀ। ਦੋ ਮਿੰਟ ਦੋ ਮੈਨੂੰ, ਹੁਣੇ ਦਿਖਾਉਂਦੀ ਹਾਂ। ਵੇਟ ਵਨ ਸੈਕਿੰਡ, ਵੇਟ ਵਨ ਸੈਕਿੰਡ, ਵੇਟ ਵਨ ਸੈਕਿੰਡ, ਐਂਡ ਦੈਟ ਇਜ਼ ਦਿਸ ਕੇਕ, ਦਿਸ ਵਨ, ਐਂਡ ਹੋਰ ਵੀ ਆ ਦੋ ਦਿਖਾਉਂਦੀ ਹਾਂ। ਇੱਕ ਏ ਵਾਲਾ ਜਾਰ, ਐਂਡ ਵਨ ਮੋਰ, ਐਂਡ ਇੱਕ ਏ ਵਾਲਾ ਜਾਰ। ਅਤੇ ਇਹ ਹੁਣ ਮੈਂ ਮੋਰਨਿੰਗ ਓਪਨ ਕਰੂੰਗੀ, ਬਿਕੋਜ਼ ਹਲੇ ਇਹ ਮੈਂ ਫਰੀਜ਼ਰ 'ਚ ਲਾਇਆ ਹੋਇਆ। ਇਹਦੀ ਆਪਾਂ ਬਣਾਉਣੀ ਆ ਰੀਲ, ਅਤੇ ਰੀਲ ਬਣਾ ਕੇ ਫਿਰ ਇਹਨੂੰ ਆਪਾਂ ਕਰਾਂਗੇ ਪ੍ਰਮੋਟ, ਅਤੇ ਇਹਨੂੰ ਪ੍ਰਮੋਟ ਕਰਨਾ ਆ ਆਪਾਂ। ਓਕੇ ਮੰਮਾ, ਇਸ ਤੋਂ ਬਾਅਦ ਬਸ ਹੁਣ ਆਪਾਂ ਚੱਲੀਏ ਸੋਈਏ, ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਇਹ ਪਿੱਛੇ ਸਿੰਮੇ ਦੀ ਵੀਡੀਓ ਕਾਲ ਚੱਲਦੀ ਪਈ ਆ, ਦੈਟਸ ਵਾਈ ਵਿੱਚ ਵਿੱਚ ਆਵਾਜ਼ ਆ ਰਹੀ ਆ। ਸੋ ਮਿਲਦੇ ਹਾਂ ਅਗਲੇ ਕਿਸੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।